ਸ਼ੁਕਰੀਆ ਅਦਾ ਕਰੇ ਨਾ ਸਾਰੇ ਫਿਰਾਵੇ ਬਜ਼ੁਰਗੇ ਦਾ ਉਹਨੇ ਜਿਹੜੀ ਮੁਹੱਬਤ ਦਾ ਸਬੂਤ ਦਿੱਤੇ ਅਸਾਂ ਆਪਣਾ ਦਾਰੋ ਜਰਵ
ਵੇਖਦੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਕਿ ਈ ਵਸੇ ਈ ਇਲਾਕੇ ਈ ਹਲਕੇ ਹਰ 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 ਦੋਸਤ ਹਰ ਵਿਰਾ ਸਾਡਾ ਜਿੱਥਾ ਜਿੱਥਾ ਬੈਠੇ ਉਹ ਆਪਣੇ ਵਿੱਚ ਅਲਹਮਦੁਲਿਲਾ ਜਿਹੜੀ ਮੁਹੱਬਤ ਜਿਹੜੀ ਸਾਡੇ ਨਾਲ ਉਹਨੇ ਦਾ ਖਲੂਸ ਹੁੰਦੇ ਦਿਲ ਆਦੇ ਕਿ ਤੁਹਾਨੂੰ ਹਰ ਵੇਲੇ ਦਿਲ ਦੀ ਥਾਂ ਰਹਿਣ ਨਾਲ ਆਪਣੇ ਫਿਰਾਵੇ ਬਜ਼ੁਰਗੇ ਦਾ ਮੈਂ ਸ਼ੁਕਰੀਆ ਅਦਾ ਕਰਾਂ ਕਿ ਤੁਸੀਂ ਦੋਸਤੇ ਜਿਤਨੀ ਮੁਹੱਬਤ ਦਿੱਤੀ ਹੈ ਹਮੇਸ਼ਾ ਈ ਵਸੇਬ ਦੇ ਈ ਹਲਕੇ ਦੇ ਔਰ ਮੈਂ ਜਿਹੜੀ ਗੁਜ਼ਾਰਿਸ਼ ਕਰ ਰਹੇ ਹਾਂ ਸਾਰੇ ਦੋਸਤੇ ਕੋਈ ਥਾਂ ਤੁਹਾਡਾ ਮੈਂ ਬੇਸਿਕਲੀ ਸ਼ੁਕਰੀਆ ਅਦਾ ਕਰਾਂ ਤੁਸੀਂ ਦੋਸਤੇ ਹਮੇਸ਼ਾ ਹਜਰਾ ਖਾਨਦਾਨ ਦਾ ਸਾਥ ਹਮੇਸ਼ਾ ਸਾਨੂੰ ਮੁਹੱਬਤ ਦਿੱਤੀ ਹੈ ਮੇਰੇ ਬਰਾਵੋ ਅੱਜ ਅਸਾਂ ਇੱਥੇ ਇਕੱਠੇ ਹੋਏ ਇਲੈਕਸ਼ਨ ਦਾ ਸਿਲਸਿਲਾ ਤੁਹਾਡੇ ਸਾਹਮਣੇ ਜਿਹੜੇ ਕੈਂਡੀਡੇਟ ਇਸ ਵਕਤ ਮੌਜੂਦ ਹੈ ਉਹ ਖਰੇ ਡੈਕੋਰੇਸ਼ਨ ਦੀ ਸ਼ਕਲ ਵਿੱਚ ਆਉਂਦੇ ਨੇ ਇੰਨੇ ਲੋਕਾਂ ਦਾ ਮਾਜ਼ੀ ਤੁਹਾਡੇ ਸਾਹਮਣੇ ਇਹ ਲੋਕ ਸਿਆਸਤ ਸਿਰਫ ਵੋਟ ਦੀ ਗਰਜ਼ ਨਾਲ ਕਰੇ ਮੇਰੇ ਮੁਖਾਲਫੀ ਜਿੱਥੇ ਬੈਠੇ ਉਹਨੇ ਕੋ ਸਿਰਫ ਵੋਟ ਦਾ ਕੰਮ ਤਾਂ ਉਹ ਸਿਆਸਤ ਕਰੇ ਔਰ ਜਿਹੜੇ ਲੋਕ ਤੁਹਾਡੇ ਵਿੱਚ ਹਰ ਵਕਤ ਰਹਿੰਦੇ ਸਾਰਾ ਖਾਨਦਾਨ ਬਿਲਾ ਸ਼ੁਬਾ ਔਰ ਮੈਂ ਫਖਰ ਨਾਲ ਆਦਾ ਰਹਿੰਦਾ ਮੁਜ਼ੱਫਰਗੜ੍ਹ ਦੀ ਇਹ ਪੂਰੇ ਜਨੂਬੀ ਪੰਜਾਬ ਦਾ ਵਾਹਿਦ ਖਾਨਦਾਨ ਹੈ ਜਿਹੜਾ 24 ਘੰਟੇ ਅਲਹਮਦੁਲਿਲਾ ਤੁਹਾਡੀ ਖਿਦਮਤ ਵਿੱਚ ਹੁੰਦੇ 24 ਘੰਟੇ ਇਹ ਦਾਵਾ ਨਹੀਂ ਕਰ ਸਕਦਾ ਕੋਈ ਸਿਆਸੀ ਘਰ ਪੂਰੇ ਜਨੂਬੀ ਪੰਜਾਬ ਦਾ ਇਹ ਦਾਵਾ ਨਹੀਂ ਕਰ ਸਕਦਾ ਕਿ ਉਹ ਆਪਣੀ ਆਵਾਮ ਦੀ ਖਿਦਮਤ 24 ਘੰਟੇ ਕਰੇਂਦੇ ਅਲਹਮਦੁਲਿਲਾ ਤੁਹਾਨੂੰ ਫਖਰ ਹੋਣਾ ਚਾਹੀਦਾ ਕਿ ਹਜਰਾ ਖਾਨਦਾਨ 24 ਘੰਟੇ ਤੁਹਾਡੀ ਖਿਦਮਤ ਕਰੇਂਦੇ ਇਹ ਲੋਕ ਸਾਡੇ ਮੁਖਾਲਫੀਨ ਇਹ ਰਿੰਦ ਦੀ ਸ਼ਕਲ ਵਿੱਚ ਵਧਣ ਇਹ ਕੁਰੇਸ਼ੇ ਦੀ ਸ਼ਕਲ ਵਿੱਚ ਵਧਣ ਇਹ ਜਿਹੜੀ ਸ਼ਕਲ ਵਿੱਚ ਤੁਹਾਡੇ ਸਾਹਮਣੇ ਆਉਂਦੇ ਇਹ ਲੋਕ ਤੁਹਾਨੂੰ ਇਸਤੇਮਾਲ ਕਰੇ ਨੇ ਹਮੇਸ਼ਾ ਸਾਡੇ ਖਿਲਾਫ਼ ਝੂਠੇ ਬੋਤਾਨ ਲਾ ਕੇ ਤੁਹਾਨੂੰ ਗਲਤ ਪੱਟੇ ਪੜ੍ਹੇ ਨੇ ਆਪਣੇ ਆਪ ਨੂੰ ਮਾਸੂਮ ਸਨਵੇ ਨੇ ਸ਼ਰੀਫ ਸਨਵੇ ਨੇ ਭਾਈ ਸਾਕੂ ਸ਼ਰੀਫੇ ਦੀ ਲੋੜ ਕਹਿ ਦੀ ਜਿਹੜੇ ਗਾਹ ਹੋਵੇ ਸੰਭਾਲ ਸਕੇ ਮੈਂ ਦੇਖਾਂ ਇਹ ਕੁਰੇਸ਼ੀ ਸਾਹਿਬ 8 ਮਹੀਨੇ ਤੋਂ ਗਾਇਬ ਥੀ ਗਏ ਇੱਕ ਪਰਚਾ ਥੇ ਇੱਕ ਪਰਚਾ ਉਹ ਵੀ ਪਤਾ ਨਹੀਂ ਥੇ ਜਾਂ ਨਹੀਂ ਥੀ ਆ ਸਿਰਫ ਇਹ ਪਤਾ ਲੱਗੇ ਸੋਸ਼ਲ ਮੀਡੀਆ ਤੇ ਕੋਈ ਪਰਚਾ ਥੇ ਕੋਈ ਪਰਚੇ ਦੀ ਨਕਲ ਸਾਹਮਣੇ ਨਹੀਂ ਆਈ ਇਹ ਡੇਰੇ ਬੰਦ ਕਰਕੇ ਧੀਰੀ ਬੇੜੀ ਸਮੇਤ ਸਾਰੇ ਨੂੰ ਭਜਾ ਗਿਣ ਗਏ ਨਹੀਂ ਤੋਂ ਇਹ ਲੋਕ ਤੁਹਾਡੀ ਖਿਦਮਤ ਕਰੇ ਸਰ ਇਹ ਲੋਕ ਤੁਹਾਡੇ ਮਸਲੇ ਹੱਲ ਕਰੇ ਸਰ ਜਿੰਨੇ ਕੋਲੋਂ ਆਪਣਾ ਮਸਲਾ ਹੱਲ ਨਹੀਂ ਥੀਂਦਾ ਉਹ ਤੁਹਾਡੇ ਮਸਲੇ ਹੱਲ ਕਰੇ ਸੀ ਨਹੀਂ ਤਾਂ ਮੈਂ ਇੰਨੇ ਲੋਕਾਂ ਨੂੰ ਕਹਾਂ ਇਹਨੇ ਅੱਜ ਤੱਕ ਈ ਕੋਟਾ ਦੂਰ ਦੇ ਈ ਵਸੇ ਵਿੱਚ ਮੈਂ ਦੂਰ ਤਾਂ ਨਹੀਂ ਵੇਂਦਾ ਮੈਂ ਪੂਰਾ ਹਲਕਾ ਫਿਰਿਆ ਯਾਰ ਇਹ ਲੋਕ ਕੁਰੇਸ਼ੀ ਤੇ ਖਰ 50 ਸਾਲ ਤੋਂ ਇਹਨਾਂ ਦੀ ਹੁਕਮਰਾਨੀ ਹੈ 50 ਸਾਲ ਤੋਂ ਐਮਐਨਏਸ਼ਿਪ ਤੇ 50 ਸਾਲ ਤੋਂ ਇਹ ਲੋਕ ਕਾਬਜ਼ ਹਨ 50 ਸਾਲ ਤੋਂ ਖੁਦਾ ਦੀ ਕਸਮ ਦੇ ਖੂਨ ਦੇ ਆਸੂ ਰੋਂਦੇ ਪੂਰਾ ਹਲਕਾ ਦੇ ਦੇ ਸਮਝ ਕੇ ਕਿਥੇ ਵੀ ਇਹਨਾਂ ਦੀ ਇੱਕ ਨਿਸ਼ਾਨੀ ਮੌਜੂਦ ਹੋਵੇ ਪੂਰੇ ਹਲਕੇ ਦੇ ਵਿੱਚ ਇੱਕ ਨਿਸ਼ਾਨੀ ਯਾਰ ਸਾਡੇ ਚੱਕੇ ਤੁਸੀਂ ਤਾਂ ਵਿਰਾ ਸਾਰੇ ਸਿਟੀ ਵਿੱਚ ਖੜੇ ਵੇ ਸਾਡੇ ਚੱਕੇ ਦੇ ਚੱਕ 15-15 ਏਕੜ ਤਾਰਾ ਛੇਕ ਕੇ ਬਿਜਲੀ ਦੀ ਇਸਤੇਮਾਲ ਕਰੇ ਨੇ 15-15 ਏਕੜ 10-10 ਏਕੜ 8-8 ਏਕੜ ਕੋਈ ਚੱਕ ਐਸਾ ਕਹਿ ਨਹੀਂ ਸਾਡੇ ਵਸੇਬ ਦਾ ਕੋਈ ਦਿਹਾਤ ਐਸਾ ਕਹਿ ਨਹੀਂ ਜਿੱਥੇ ਇਹਨਾਂ ਨੇ ਕੋਈ ਸੇਵਰੇਜ ਸਿਸਟਮ ਨਿਭਾਇਆ ਹੋਵੇ ਕਿੱਥੇ ਇਹਨਾਂ ਨੇ ਕੋਈ ਨਾਲੀ ਸੋਲਿੰਗ ਨਿਭਾਇਆ ਹੋਵੇ ਯਾਰ ਇਹ ਤੁਹਾਡਾ ਮਹੱਲਾ ਹੈ ਇਹ ਇੱਥੇ ਹੀ ਖੜੇ ਸਹੀ ਵੇਲੇ ਇੱਥੋਂ ਦੇ ਹਾਲਾਤ ਦੇਖੋ ਤੁਸੀਂ ਇਹਨਾਂ ਲੋਕਾਂ ਦੇ ਈ ਇੰਤਜ਼ਾਮੀਆਂ ਨਾਲ ਕੋਟਾ ਦੂਧ ਦੀ ਟਾਊਨ ਕਮੇਟੀ ਨਾਲ ਜਿਹੜਾ ਹਾਲ ਕੀਤੇ ਤੁਹਾਡੇ ਸਾਹਮਣੇ ਕਰੋੜਾਂ ਰੁਪਏ ਖਾ ਗਏ ਨੇ ਲੋਕ
ਅਸ਼ਰਫ ਰਿੰਦ ਇੱਥੇ ਕਰਪਸ਼ਨ ਦਾ ਕਿੰਗ ਹੈ, ਸ਼ਬੀਰ ਕੁਰੈਸ਼ੀ ਇੱਥੇ ਕਰਪਸ਼ਨ ਦਾ ਕਿੰਗ ਹੈ। ਇਹਨਾਂ ਲੋਕਾਂ ਤੁਹਾਡੇ ਨਾਲ ਕੀਤਾ ਕਿਆ ਹੈ? ਇਹਨਾਂ ਲੋਕਾਂ ਨੇ ਇਹ ਮੁਲਾਜ਼ਮੀਨ ਦੀ ਤਨਖਾਹੀ ਸਾਲ ਸਾਲ ਤੋਂ ਬੰਦ ਹਨ, ਸਾਲ ਸਾਲ ਤੋਂ। ਯਾਰ ਇਹ ਲੋਕ ਇਸ ਕਾਬਿਲ ਹਨ? ਇਹਨਾਂ ਨੇ ਸਿਰਫ ਪੈਸਾ ਬਣਾਏ। ਅਸਾਂ ਜੇ ਹੋਸੂ, ਮੈਂ ਤੁਹਾਨੂੰ ਆਧਾ ਪਿਆ, ਅਸਾਂ ਜੇ ਹੋਸੂ ਅਲਹਮਦੁਲਿਲਾ ਕਰਪਸ਼ਨ ਦਾ ਇੱਕ ਰੁਪਿਆ ਸਾਡੇ ਉੱਤੇ ਹਰਾਮ ਹੋਵੇ। ਤੁਹਾਡਾ ਇੱਕ ਰੁਪਿਆ ਅਸਾਂ ਨੇ ਜੇਬ ਵਿੱਚ ਨਾ ਆਇਆ ਸੀ। ਜਿਹੜੇ ਵੇਲੇ ਹਿਸਾਬ ਕਿਤਾਬ ਥੀਂਦੇ ਨਾ, ਤੇ ਸਾਡੇ ਹਿੱਸੇ ਵਿੱਚ ਜਿਹੜੇ ਵੇਲੇ ਨਿਕਲਦੀ ਹੈ, 35 ਮੁਰੱਬੇ ਜ਼ਮੀਨ ਵੇਚੀ ਸੀ, 35 ਮੁਰੱਬੇ ਰਿਕਾਰਡ ਗਵਾਏ। ਸਿਆਸਤ ਦੀ ਨਜ਼ਰ ਕੀਤੀ ਸੀ, ਖਿਦਮਤ ਦੀ ਨਜ਼ਰ ਕੀਤੀ ਸੀ। ਇਲੈਕਸ਼ਨ ਲੜਨ ਤੋਂ ਪਹਿਲੇ ਹਫ਼ਤਾ 6 ਮਹੀਨੇ ਪਹਿਲੇ ਸੋਚ ਲੈਂਦੇ ਸੀ ਕਿਹੜੀ ਜ਼ਮੀਨ ਵੇਚਣੀ ਹੈ। ਔਰ ਇਹ ਲੋਕ ਕਿਆ ਕਰੇ ਨੇ? ਇੰਨੇ ਲੋਕ ਇਹ ਸਾਡੀ ਕੌਮ ਨੂੰ ਚੂਸ ਕੇ ਖਾਦੇ ਕਰਪਸ਼ਨ ਦੇ ਪੈਸੇ ਨਾਲ। ਮੈਂ ਹਕੀਕਤ ਅਗਲੀ ਵਾਰ ਨੂਰ ਸ਼ਾਹ ਤਲਾਈ ਇੱਕ ਦੋਸਤ ਆਖੂ ਪਿਆ ਕੇ ਨਾ ਮੈਂ ਉਹਦਾ ਨਹੀਂ ਗਿੰਦਾ। ਉਹ ਆਖੇ ਸ਼ਬੀਰ ਕੁਰੈਸ਼ੀ ਤਰੇ ਪੰਪ ਬੜਾਈ ਖੜੇ ਇਸਲਾਮਾਬਾਦ, ਤਰੇ ਪੈਟਰੋਲ ਪੰਪ ਹਿਸਾਬ ਕਿਨੋ ਨਾ ਇਹਨੇ ਕੋਲੋ ਤੁਹਾਡੇ ਨੌਕਰੀਆਂ ਵੇਚੇ ਨੇ, ਤੁਹਾਡਾ ਹੱਕ ਵੇਚੇ ਨੇ, ਤੁਹਾਡੇ ਫੰਡਸ ਵੇਚੇ ਨੇ, ਆਪਣਾ ਵਸੇਬ ਛੋੜ ਕੇ ਤੁਹਾਡੇ ਫੰਡ ਵੇਚ ਕੇ ਖਾ ਗਏ। ਇਹ ਅਸ਼ਰਫ ਰਿੰਦ ਇਹਦੇ ਪਿੱਛੋਂ ਹੈ ਕਿਆ? ਤੁਸਾਂ ਨਹੀਂ ਜਾਣਦੇ ਐਸੇ ਲੋਕਾਂ ਨੂੰ ਤੁਹਾਡੇ ਵੋਟ ਨੇ ਤਾਕਤ ਦਿੱਤੀ ਹੈ। ਅੱਜ ਅਰਬਾਪਤੀ ਹੈ, ਦੁਬਈ ਕਾਰੋਬਾਰ ਹੈ ਇਸ ਬੰਦੇ ਦੇ, ਇਸ ਬੰਦੇ ਦੇ ਮੁਲਤਾਨ ਪਲਾਜ਼ੇ ਖੜੇ ਨੇ, ਇਸ ਬੰਦੇ ਦੇ ਈ ਵਸੇਬ ਦੇ ਪੈਸੇ ਨਾਲ, ਇਸ ਬੰਦੇ ਦੇ ਈ ਮੁਲਕ ਤੋਂ ਹੱਟ ਕੇ ਵੀ ਨੇ ਮੁਲਕੇ ਇਸ ਕਾਰੋਬਾਰ ਹੈ। ਅੱਜ ਵਧੇ ਸਾਕੂ ਚੋਰ ਆ ਦੇ ਉਲਟਾ ਚੋਰ ਕੋਤਵਾਲ ਕੋਲ ਡਾਂਟੇ। ਬੇਟਾ ਬੇਟਾ ਰਿਦਮ ਨਾ ਤਰੋੜਿਆ ਕਰ, ਖਰਾਬ ਥੀ ਵੇਦੇ ਸਰ। ਗੱਲ ਸੁਣੋ ਇਹ ਸਾਡੇ ਮੁਖਾਲਫੀ ਸਾਡੇ ਉੱਤੇ ਸਟੇਜ ਤੇ ਖੜ ਕੇ ਆ ਦੇਣ, ਇਹ ਸਹੀ ਗਰੀਬੇ ਦੇ ਪਰਚੇ ਕਰਵੇ ਦੇਣ, ਇਹ ਸਹੀ ਗਰੀਬੇ ਦੀ ਜ਼ਮੀਨ ਤੇ ਕਬਜ਼ੇ ਕਰਵੇ ਦੇਣ, ਇਹ ਸਹੀ ਫਿਲਾਂ ਕਰੇ ਦੇਣ, ਇਹ ਤੁਹਾਡੇ ਜ਼ਿਹਨ ਬਣੇ ਦੇਣ ਸ਼ਹਿਰ ਦੇ ਲੋਕਾਂ ਦੇ। ਇੱਥੋਂ ਦੀ ਗੱਲ ਇਹ ਵੰਗ ਕਰੇ ਸਰ ਚੌਂਕ ਮੁੰਡੇ ਚ, ਚੌਂਕ ਮੁੰਡੇ ਖੜ ਕੇ ਆਖ ਸਰ ਹੰਜਰਾਤ ਅਸੀਂ ਉੱਥੇ ਕਬਜ਼ੇ ਕਰਵੇ ਦੇਣ, ਹੰਜਰਾ ਸਹੀ ਉੱਥਾਂ ਪਰਚੇ ਕਰਵੇ ਦਿਨ, ਜਿਹੜੇ ਵੇਲੇ ਇੱਥਾਂ ਸਨ ਹੰਜਰਾ ਸਹੀ ਚੌਂਕ ਬੁੱਢੇ ਪਰਚੇ ਕਰਵੇ ਦਿਨ, ਹੰਜਰਾ ਸਹੀ ਚੌਂਕ ਬੁੱਢੇ ਕਬਜ਼ੇ ਕਰਵੇ ਦਿਨ। ਇਹ ਬਦਬਖਤੋ ਕਬਜ਼ਾ ਖੋਰ ਵੀ ਤੁਸਾਂ ਹੀ ਵੇ, ਪਰਚੇ ਵੀ ਤੁਸਾਂ ਕਰੇ ਦੇਵੇ, ਔਰ ਇਹ ਸਾਰੇ ਜਿਤਨੀ ਵੀ ਤੁਹਾਡੀ ਸਿਆਸੀ ਗਲਾਜ਼ਤ ਹੈ ਤੁਹਾਡੇ ਵਿੱਚ। ਕੋਈ ਬੰਦਾ ਇੱਥੇ ਕੋਟ ਦੂ ਸ਼ਹਿਰ ਦਾ ਆਖੇ ਮਲਿਕ ਅਹਿਮਦ ਯਾਰ ਤੇ ਮਲਿਕ ਕਾਸਿਮ ਅੰਜਰਾਦ ਉੱਤੇ ਮੈਂ ਉਂਗਲੀ ਖੜੀ ਕਰੇ ਚਾ, ਮੈਂ ਅੱਜ ਇਲੈਕਸ਼ਨ ਤੋਂ ਦਸਤਖਤਦਾਰ ਥੀ ਵੇ। ਅਹਿਮਦ ਯਾਰ ਵੀ ਅੱਜ ਵੀ ਮੈਦਾ ਇਲਾਨ ਹੈ, ਮੈਦਾ ਸਾਰੇ ਦੋਸਤਾਂ ਨੂੰ ਇਲਾਨ ਹੈ, ਪੂਰੇ ਹਲਕੇ ਦੇ ਵਿੱਚ ਇਲਾਨ ਹੈ। ਅੱਜ ਵੀ ਕੋਈ ਬੰਦਾ ਆਖੇ ਚਾ ਮਲਿਕ ਕਾਸਿਮ ਤੇ ਮਲਿਕ ਅਹਿਮਦ ਯਾਰ ਸਾਕੂ ਤੂੰ ਕਰਕੇ ਸਜੇ, ਕੋਈ ਇੱਕ ਬੰਦਾ ਆਖ ਦੇਵੇ ਸਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਸੀ, ਸਾਡੇ ਉੱਤੇ ਨਜਾਇਜ਼ ਪਰਚਾ ਦਿਵਾਇਆ ਸੀ, ਸਾਡੀ ਈ ਇਲਾਕੇ ਦੇ ਵਿੱਚ ਤੋਂ ਹੀ ਥਈ ਹੈ, ਇੱਕ ਬੰਦਾ ਆਖੇ ਅੱਜ ਅਸਾਂ ਦਸਤਬਰਦਾਰ ਥੀ ਵਸੂ, ਕੋਟਾ ਦੂ ਦੀ ਆਵਾਮ ਦੀ ਨੁਮਾਇੰਦਗੀ ਦਾ ਸਾਕੂ ਕੋਈ ਹੱਕ ਨਾ ਹੋ ਸੀ, ਇਹ ਸਾਡਾ ਇਲਾਜ ਹੈ ਪੂਰੇ ਜ਼ਿਲ੍ਹੇ ਸ਼ਿਰਾਜ। ਲੇਕਿਨ ਇਹ ਲੋਕ ਸ਼ਰਾਫਤ ਦੀ ਲਿਬਾਦਾ ਓੜ ਕੇ ਸ਼ੈਤਾਨ ਲੁਕੇ ਹੋਏ ਨੇ ਉਹਦੇ ਵਿੱਚ, ਸ਼ੈਤਾਨ ਹੈ।
ਇਹ ਸਾਰੇ ਮੁਖਾਲਫੀਨ, ਇਹਨਾਂ ਨੇ ਹਮੇਸ਼ਾ ਕੋਟਾਦੂ ਦੀ ਆਵਾਮ ਨੂੰ ਧੋਖਾ ਦਿੱਤੇ, ਹਮੇਸ਼ਾ ਕੋਟਾਦੂ ਦੀ ਆਵਾਮ ਦਾ ਜਿਹੜਾ ਹੱਕ ਹੈ ਹੁਕੂਮ ਬਾਰੇ ਦੇ, ਇਸ ਦਾ ਕਾ ਖਤਮ ਕੀਤਾ ਤੁਹਾਡਾ? ਇਹਨਾਂ ਲੋਕਾਂ ਦਾ ਮੁਹਾਸਬਾ ਕਰੋ, ਇਹਨਾਂ ਲੋਕਾਂ ਦਾ ਮੁਹਾਸਬਾ ਕਰੋ, ਨਾ ਤਾਂ ਦੇਰ ਥੀ ਵੇ ਸੀ, ਇਹਨਾਂ ਲੋਕਾਂ ਦੇ ਇਲਾਕੇ ਕੋ, ਇਹ ਵਸੇਬ ਕੋ ਬੇਤੋਕੀਰ ਕੀਤੇ। ਮੈਂ ਤੁਹਾਡਾ ਬਿਰਾ ਵੀ ਹਾਂ, ਤੁਹਾਡਾ ਮਾਲ ਵੀ ਹਾਂ, ਮੇਰਾ ਤੁਹਾਡਾ ਵਾਅਦਾ ਇਨਸ਼ਾਅੱਲਾ ਇਹ ਕੋਟਾ ਦੂ ਅਮਨ ਦਾ ਗਵਾਰਾ ਹੋ ਸੀ, ਕਰਪਸ਼ਨ ਫਰੀ ਹੋ ਸੀ ਇਨਸ਼ਾਅੱਲਾ, ਇਨਸ਼ਾਅੱਲਾ ਇਥਾ ਇਥਾ ਮੈਂ ਇਥਾ ਤੁਹਾਡੇ ਨਾਲ ਵਾਅਦਾ ਕੀਤੀ ਮੇਰਾ ਇਨਸ਼ਾਅੱਲਾ। ਅਲਹਮਦੁਲਿਲਾਹ ਅਸਾਂ ਆਪਣੇ ਫਿਰਾਵੇ ਬਜ਼ੁਰਗਾਂ ਦਾ, ਆਪਣੇ ਕੋਟਾਦੂ ਦੀ ਆਵਾਮ ਦਾ, ਆਪਣੇ ਹਲਕੇ ਦਾ, ਹਮੇਸ਼ਾ ਸਾਡੇ ਵਾਸਤੇ ਪਹਿਲੇ ਹਲਕਾ, ਉਹਦੇ ਪਿੱਛੇ ਅਸਾਂ ਆਪਣੇ ਆਪ ਨੂੰ ਸੋਚਦੇ ਸੀ। ਔਰ ਇਹ ਮੈਂ 2013-18 ਦੇ ਵਿੱਚ ਮੈਨੂੰ ਯਾਦ ਹੈ, ਇਹ ਤੁਹਾਡੇ ਸਾਹਮਣੇ ਵਾਲਾ ਜਿਹੜੇ ਰੋਡ ਹੈ, ਇਹਦਾ ਸੇਵਰੇਜ ਸਿਸਟਮ ਉੱਥੋਂ ਕੋਲ ਟਿੱਬੇ ਕੋਲੋਂ ਖਿੰਨ ਕੇ ਅਤੇ ਆਖਿਰ ਤੱਕ ਇੱਥੇ ਪਾਣੀ ਆਉਂਦਾ ਹੈ। ਇਹ ਅਲਹਮਦੁਲਿਲਾ SS ਚੌਕ ਤੱਕ ਕਾਰਪੇਟ ਰੋਡ ਅਲਹਮਦੁਲਿਲਾ ਹਜਰਾ ਖਾਨ ਦਾ ਅੰਦਰ ਤਰੱਕੀਆਤੀ ਕੰਮ ਇਲਾਕੇ ਦੇ ਵਿੱਚ ਇੱਕ ਅੱਧੇ ਨੂੰ ਛੋੜ ਕੇ ਮੇਰੇ ਖਿਆਲ ਤੇ ਤਮਾਮ ਹਜਰਾ ਖਾਨਦਾਨ ਨਾਲ ਮਨਸੂਬ ਹੋ ਸਕੇ ਤਮਾਮ ਕੰਮ ਇੱਥਾਂ ਤੁਹਾਡੇ ਵਸੇਬ ਦੇ ਵਿੱਚ। ਹੁਣ ਮੈਂ ਇਹ ਤੁਸੀਂ ਇੰਨੇ ਲੋਕਾਂ ਦਾ ਹਾਲ ਦੇਖੋ, ਸਿਰਫ 2 ਮਹੀਨੇ ਹਮਜ਼ਾ ਸ਼ਹਿਬਾਜ਼ ਵਜ਼ੀਰ ਆਲਾ ਬਣਿਆ 2 ਮਹੀਨੇ ਵਾਸਤੇ, ਮੈਂ 2 ਮਹੀਨੇ ਵਿੱਚ 28 ਅਰਬ ਰੁਪਏ ਦੀ ਰੋਡ ਦਹਿਰਾਦੀਨ ਪਦਾ ਤੋਂ ਖਿੰਨ ਕੇ ਕੋਟਾ ਤੂੰ ਤੱਕ ਡੂਅਲ ਕੈਰੇਜ ਵੇ, ਡੂਅਲ ਕੈਰੇਜ ਵੇ ਮੈਂ ਮਨਜ਼ੂਰ ਕਰੀ ਹੈ। ਸਿਰਫ 2.5 ਮਹੀਨੇ ਦਾ ਮੈਂ ਆਪਣਾ ਰਿਕਾਰਡ ਪੇਸ਼ ਕਰਦਾ ਪਿਆ। ਡੂਅਲ ਇਹ ਜਿਤਨੇ ਹਾਈ ਸਕੂਲ ਬਣੇ ਖੜੇ, ਇਹ ਜਿਤਨੇ ਕੁੰਡੀ ਚੌਕ ਤੇ ਕਾਲਜ ਬਣੇ ਖੜੇ, ਗਰਲਸ ਕਾਲਜ, ਇਹ ਮਕਸਦ ਹੈ ਕਿ ਟੈਕਨੀਕਲ ਕਾਲਜ ਤੁਹਾਨੂੰ ਆਪਣੇ ਖਿਦਮਾਤ ਗਿੜਵਾਊ। ਤਾਂ ਮੈਂ ਹੈਰਾਨ ਥੀਂਦਾ ਕਿ ਇੰਨੇ ਲੋਕਾਂ ਦੇ ਪਿੱਛੋਂ ਤੁਸੀਂ ਲੱਗਦੇ ਕੀ ਨਹੀਂ ਵੇ ਯਾਰ, ਬਸ ਕਰੋ, ਹੁਣ ਬਸ ਚ ਕਰੋ। ਇਹ ਲੋਕ ਹਮੇਸ਼ਾ ਸਾਨੂੰ ਧੋਖਾ ਦੇਣ, ਇਹ ਇੱਥੋਂ ਵੋਟ ਗਿਣਦੇ ਔਰ ਇਹ ਲਾਹੌਰ ਤੇ ਇਸਲਾਮਾਬਾਦ ਵਿੱਚ ਬੰਦ। ਮੈਂ ਕੋ ਸ਼ਬੀਰ ਕੁਰੇਸ਼ੀ ਕੋ ਤੁਸੀਂ ਮੈਂ ਕੋ ਦੱਸੋ ਚਾਹ ਕੇ 5 ਸਾਲ ਵਿੱਚ 30 ਦੀ ਤਾਂ ਆਓ, ਸਿਰਫ 30 ਦੀ ਇਹ ਇਸਲਾਮਾਬਾਦ ਆਪਣੇ ਕਾਰੋਬਾਰ ਕਰੇ ਨੇ, ਇਹ ਲੋਕ ਇੱਥੇ ਰਹਿੰਦੇ ਨਹੀਂ। ਮਿਹਰਬਾਨੀ ਕਰੋ ਯਾਰ, ਹੁਣ ਬਸ ਕਰੋ, ਹੁਣ ਈ ਵਸੇਬ ਤੇ ਮਿਹਰਬਾਨੀ ਕਰਕੇ ਸ਼ਫਕਤ ਕਰੋ। ਐਸੇ ਲੋਕ ਜਿਹੜੇ ਸਾਡੇ ਚੋਂ ਨਹੀਂ, ਉਹਨਾਂ ਨੂੰ ਰਿਜੈਕਟ ਕਰੋ ਔਰ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਸਾਥ ਲਓ। ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਸਾਡੀ ਹਕੂਮਤ ਮੀਆਂ ਨਵਾਜ਼ ਸ਼ਰੀਫ ਦੀ ਕਿਆਦਤ ਵਿੱਚ 8 ਤਰੀਕ ਨੂੰ 8 ਫਰਵਰੀ ਨੂੰ ਬਣ ਸੀ, ਅੱਲਾ ਦੇ ਅੱਲਾ ਖੈਰ ਕਰੇ ਤੇ ਇਨਸ਼ਾਅੱਲਾ ਈ ਵਸੇਬ ਦਾ ਜਿਹੜਾ ਮਹਿਰੂਮ ਹੈ ਈ ਇਲਾਕੇ ਦਾ, ਈ ਤਹਿਸੀਲ ਦਾ, ਈ ਜ਼ਿਲ੍ਹੇ ਦਾ, ਅੱਲਾ ਦੇ ਹੁਕਮ ਨਾਲ ਅਸਾਂ ਹੱਲ ਕਰੇ ਸੂ, ਅਸਾਂ ਤੁਹਾਡੇ ਭਰਾ ਬਣ ਸੂ ਔਰ ਤੁਹਾਡੇ ਸ਼ਾਨਾ ਬਸ਼ਾਨਾ ਪਹਿਲੇ ਵੀ ਖਿਦਮਤ ਕਰੇ ਦੇ ਸੀ, ਇਨਸ਼ਾਅੱਲਾ ਵੱਲ ਵੀ ਤੁਹਾਡੀ ਖਿਦਮਤ ਕਰੇ ਸੂ ਇਨਸ਼ਾਅੱਲਾ। ਮੈਂ ਆਪਣੇ ਭਰਾਵੇ ਬਜ਼ੁਰਗਾਂ ਨੂੰ ਆਖਸਾਂ, ਇੰਨੇ ਲੋਕਾਂ ਨੂੰ ਜਿਹੜੇ ਸਾਕੂ ਡਕੈਤ ਛੱਡੇ ਨੇ, ਉਹਨੇ ਦਾ ਹਾਲ ਦੇਖ ਕੇ ਦੇਵੇ, ਇਹ 4 ਬਾਲ 3 ਬਾਲ ਸ਼ਹੀਦ ਹੈ ਕਾਸ਼ੀ ਰਿੰਦ ਇਸ਼ਤਿਹਾਰੀ ਸਾਰੇ ਕੋ ਅੱਜ ਤੱਕ ਇਸ਼ਤਿਹਾਰੀ ਇਕੂ ਆਪਣੇ ਡਾਲੇ ਦੇ ਉੱਤੇ ਚਾ ਕੇ ਬਲੋਚਿਸਤਾਨ ਕਹਿ ਪੁਛਾਇਆ, ਇਹ ਵੀ ਯਾਦ ਹੀ ਵੇ ਮੇਰੇ ਭਰਾਵੋ। ਜਿਹੜੇ ਲੋਕ ਸਾਡੇ ਉੱਤੇ ਇਲਜ਼ਾਮ ਲੈਂਦੇ, ਅੱਲਾ ਤਾਲਾ ਖੋਲ ਪਰਦੇ ਖੋਲ ਕੇ ਉਹਨੇ ਕੋ ਸਾਹਮਣੇ ਖੇਡਣ ਅਲਹਮਦੁਲਿਲਾ, ਔਰ ਜੈ ਜੈ ਸਾਡੇ ਉੱਤੇ ਗਲਤ ਇਲਜ਼ਾਮ ਲੈਣ ਉਹ ਸਿੱਧਾ ਨਹੀਂ ਆਇਆ ਵਾਲਾ ਇਨਸ਼ਾਅੱਲਾ। ਔਰ ਇਨਸ਼ਾਅੱਲਾ ਇਹਨੇ 3 ਮਾਸੂਮ ਵਾਲੇ ਦਾ ਕਤਲ ਇੱਕ ਇਨਸ਼ਾਅੱਲਾ ਘੇਰ ਲਾ ਸੀ ਇਨਸ਼ਾਅੱਲਾ। ਮੈਂ ਤਮਾਮ ਬਜ਼ੁਰਗਾਂ ਦਾ, ਫਿਰਾਵੇ ਦਾ, ਨਮਾਜ਼ ਦਾ ਟਾਈਮ ਹੈ, ਸ਼ੁਕਰੀਆ ਅਦਾ ਕਰੇ ਨਾ, ਤੁਸੀਂ ਭਰਪੂਰ ਪਜ਼ੀਰਾਈ ਦਿੱਤੀ ਹੈ। ਆਖਰੀ ਗੁਜ਼ਾਰਿਸ਼ ਇਹ ਹੈ, ਮਿਹਰਬਾਨੀ ਕਰੇ ਸੋ, ਸ਼ਫਕਤ ਕਰੇ ਸੋ, ਮੇਰੇ ਬਜ਼ੁਰਗ ਵੀ ਫਿਰਾ ਵੀ 8 ਫਰਵਰੀ ਕੋ ਦੂਹੇ ਵੋਟ ਸ਼ੇਅਰ ਕਰੇ ਸੋ ਇਨਸ਼ਾਅੱਲਾ, ਦੂਹੇ ਵੋਟ। ਇਹ ਗੁਜ਼ਾਰਿਸ਼ ਇਹ ਵੀ ਹੈ, ਗੁਜ਼ਾਰਿਸ਼ ਇਹ ਵੀ ਹੈ ਕਿ ਬਾਕੀ 15-16 ਦੀ ਰਹਿ ਗਏ,
मेहरबानी करके सब वोट दे दो और मंगो भी सही सारे वास्ते, सारे वास्ते सपोर्ट बढ़ो, पूरे वसेब एक सपोर्ट बढ़ो जिथा जिथा जैदा तालुक आला बैठे। और मैं को एडी खुशी थी दिए मैं को चौक मुंडे ही चलो ये मैं हकीकत आदा बैठा मेरे मुखालिफ लोग जेडे मेरे पिछले द्वार एक मुखालिफ रह गए अल्लाह की कसम अजान आदि खड़ी है मैं को गवाया देने के कोटा दू चो लोग टोर टोर आते पैन तेरे वोट मंगण वास्ते कोटा दू चो और मैं को गवाया देने अल्लाह का करम है इंशाल्लाह इंशाल्लाह 8 फरवरी को इन्हें लोगों का ई खट दे उत्ते सियासी जनाजा चस्पा इंशाल्लाह ई खट ते सियासी जनाजा चस्पा अल्लाह उल्टा कर दे मेरा बदल वादा है इंशाल्लाह इंशाल्लाह जीत तुआडी है और अल्लाह तो यकीन है मैं एक गुनाहगार जिया बंदा लेकिन मैं को अल्लाह तू यकीन है मैं को लोग है मदीना मुनवरा मक्का पाक तो मुबारक दीते अल्हम्दुलिल्लाह मैं तुमको भी मुबारक देना इंशाल्लाह 8 फरवरी को तू है वोट शेर ते तू है वोट कहते कहते ते इंशाल्लाह 8 फरवरी को सारी फताह सी तुम्हारी फताह सी बहुत मेहरबानी पाकिस्तान जिंदाबाद पाकिस्तान।